मतलब नोट तो ज्यादा पैसे तो ज्यादा कमा रहे हैं पर वो सुख नहीं है पहले वर्गा जो सुख शांति होया करती सी जो रिश्तों के विच एक सांझ सी वो हुण मैनूं तां इही महसूस हुंदा है वो घटदी जा रही है उदों जे एक घर दे विच विआह है तां सारा पिंड इंजॉयमेंट करदा हुंदा सीगा सारा पिंड उहदे विच इनवॉल्व हुंदा सीगा हुण पड़ोसियां नूं भी नहीं पता लगदा भी इहनां दे घर विआह है पंजाबी सिनेमा है मैं तां इह अगे 10 सालां नूं 15 सालां वास्ते मैं इह अगे देखदा है कि हो सकदा तमिल दे विच बंगाली दे विच भी साडियां फिल्मां डब होण होर भाषावां ਵਿੱਚ ਸਾਡੀ ਪੰਜਾਬੀ ਫਿਲਮਾਂ ਡੱਬ ਹੋਣਾ ਆਪਾਂ ਤਾਂ ਇਸ ਆਸ ਨਾਲ ਕੰਮ ਕਰ ਰਹੇ ਹਾਂ ਹੁਣ ਜਿਹੜਾ ਜਿਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਹੁਣ ਲੋਕਾਂ ਵਾਸਤੇ ਇਹ ਈਜ਼ੀ ਹੈ ਲੋਕ ਚਾਹੁੰਦੇ ਆ ਕਿ ਇੱਕ ਦਿਨ ਦੇ ਵਿੱਚ ਜ਼ਿਆਦਾ ਖਰਚੇ ਨਾ ਹੋਣ ਬਾਰ ਬਾਰ ਦੂਰ ਦੁਰਾਡਿਆਂ ਤੋਂ ਜਿਹੜੇ ਰਿਸ਼ਤੇਦਾਰ ਹੈ ਉਹ ਇੱਕ ਵਾਰੀ ਉਹ ਬੁਲਾ ਲਈਏ ਉਦੋਂ ਹੀ ਰਿੰਗ ਸੈਰੀਮਨੀ ਉਦੋਂ ਹੀ ਸਭ ਕੁਝ ਲੇਡੀ ਸੰਗੀਤ ਔਰ ਉਦੋਂ ਹੀ ਵਿਆਹ ਕਰ ਦਈਏ ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਸ਼ਨ ਤੇ ਮੈਂ ਆਪ ਜੀ ਕੰਮਾਂ ਤੇ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਥੰਮ ਮੇਕਰ ਸਨ ਆਪਾਂ ਕਹਿ ਸਕਦੇ ਆ ਬੀਐਨ ਸ਼ਰਮਾ ਜੀ ਸਾਡੇ ਨਾਲ ਸਰ ਪੰਜਾਬੀ ਟੀਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਸਰ ਜੀ ਮੁਕਲਾਵਾ ਫਿਲਮ ਆ ਰਹੀ ਹੈ ਮੇਰਾ ਪਹਿਲਾ ਸਵਾਲ ਇਹ ਹੈ ਵੀ ਜਦੋਂ ਤੁਹਾਡੀ ਮੈਰਿਜ ਹੋਈ ਸੀ ਤੁਹਾਡਾ ਮੁਕਲਾਵਾ ਹੋਇਆ ਸੀ ਜੀ ਨਹੀਂ ਮੁਕਲਾਵਾ ਨਹੀਂ ਹੋਇਆ ਸੀਗਾ ਤਾਂ ਉਹ ਮਤਲਬ ਇੱਕ ਰਸਮ ਹੋਣੀ ਰਹਿ ਗਈ ਮਤਲਬ ਪਤਾ ਨਹੀਂ ਉਸ ਵੇਲੇ ਹਲੇ ਬੰਦ ਹੋ ਚੁੱਕਿਆ ਸੀਗਾ ਇਹ ਸਿਸਟਮ ਸ਼ਾਇਦ ਅਤੇ ਸਰ ਮੇਰਾ ਸਵਾਲ ਇਹ ਹੈ ਵੀ ਜਿਹੜੇ ਮੁਕਲਾਵੇ ਵਾਲਾ ਵਿਆਹ ਹੁੰਦਾ ਸੀ ਉਹ ਜ਼ਿਆਦਾ ਵਧੀਆ ਜਾਂ ਜਿਹੜੇ ਅੱਜ ਕੱਲ੍ਹ ਹੁੰਦੇ ਸੀ ਤੁਸੀਂ ਮਤਲਬ ਦੋਨੇ ਫੇਸ ਦੇਖਿਆ ਉਹ ਵਾਲਾ ਟਾਈਮ ਵੀ ਦੇਖਿਆ ਹੋਊਗਾ ਤੁਸੀਂ ਇਹ ਵਾਲਾ ਟਾਈਮ ਵੀ ਦੇਖਿਆ ਹੋਊਗਾ ਜੀ ਦੇਖੋ ਇਹ ਜਿਹੜੇ ਵੀ ਰੀਤੀ ਰਿਵਾਜ ਬਣਾਏ ਹੋਏ ਹੈ ਇਹ ਸਾਡੇ ਬਜ਼ੁਰਗਾਂ ਨੇ ਬੜੇ ਸੋਚ ਸਮਝ ਕੇ ਬਣਾਏ ਹੋਏ ਹੈ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਤਦੀ ਰੀਤੀ ਰਿਵਾਜ ਜਾਂ ਜਿਹੜੇ ਵੀ ਸਾਡੇ ਰਿਚੁਅਲਸ ਹੈ ਸੰਸਕਾਰ ਹੈ ਉਹਨਾਂ ਦੇ ਪਿੱਛੇ ਬੜੀ ਲੰਬੀ ਉਹਨਾਂ ਦੀ ਖੋਜ ਹੈ ਔਰ ਉਹਨਾਂ ਨੇ ਸਾਨੂੰ ਸਹੀ ਗਾਈਡ ਕਰਨ ਵਾਸਤੇ ਸਾਡੀ ਜ਼ਿੰਦਗੀ ਬਹੁਤ ਅੱਛੀ ਗੁਜ਼ਰੇ ਉਹਨਾਂ ਵਾਸਤੇ ਬਣਾਇਆ ਠੀਕ ਹੈ ਕਿ ਉਸ ਵੇਲੇ ਮੁਕਲਾਵਾ ਜਿਹੜਾ ਚੱਲਦਾ ਸੀਗਾ ਉਹਦੀ ਕੀ ਵਜ੍ਹਾ ਸੀਗੀ ਇਹ ਤੁਹਾਨੂੰ ਫਿਲਮ ਦੇ ਵਿੱਚ ਪਤਾ ਲੱਗੇਗਾ ਪਰ ਉਹਦੇ ਫਾਇਦੇ ਵੀ ਬਹੁਤ ਸੀਗੇ ਹੁਣ ਜਿਹੜਾ ਜਿਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਹੁਣ ਲੋਕਾਂ ਵਾਸਤੇ ਇਹ ਈਜ਼ੀ ਹੈ ਲੋਕ ਚਾਹੁੰਦੇ ਆ ਕਿ ਇੱਕ ਦਿਨ ਦੇ ਵਿੱਚ ਜ਼ਿਆਦਾ ਖਰਚੇ ਨਾ ਹੋਣ ਬਾਰ ਬਾਰ ਦੂਰ ਦੁਰਾਡਿਆਂ ਤੋਂ ਜਿਹੜੇ ਰਿਸ਼ਤੇਦਾਰ ਹੈ ਉਹ ਇੱਕ ਵਾਰੀ ਉਹ ਬੁਲਾ ਲਈਏ ਉਦੋਂ ਹੀ ਰਿੰਗ ਸੈਰੀਮਨੀ ਉਦੋਂ ਹੀ ਸਭ ਕੁਝ ਲੇਡੀ ਸੰਗੀਤ ਔਰ ਉਦੋਂ ਹੀ ਵਿਆਹ ਕਰ ਦਿਆ ਸਰ ਇਹਦੇ ਕੁਛ ਇਹੀ ਕਾਰਨ ਹੋ ਸਕਦੇ ਨਾ ਮਤਲਬ ਜੇ ਪਹਿਲਾਂ ਆਪਣੇ ਬਜ਼ੁਰਗ ਸਭ ਕੁਛ ਕਰਦੇ ਸੀ ਤਾਂ ਪਹਿਲਾਂ ਰਿਸ਼ਤੇ ਵੀ ਜ਼ਿਆਦਾ ਮਜ਼ਬੂਤ ਸੀਗੇ ਇਸ ਦਾ ਇਹ ਵੀ ਕਾਰਨ ਹੋ ਸਕਦਾ ਨਾ ਦੇਖੋ ਕੀ ਹੈ ਕਿ ਲੋਕਾਂ ਕੋਲ ਟਾਈਮ ਹੁੰਦਾ ਸੀਗਾ ਹੁਣ ਲੋਕ ਐਨੇ ਮਤਲਬ ਨੋਟ ਤਾਂ ਜ਼ਿਆਦਾ ਪੈਸੇ ਤਾਂ ਜ਼ਿਆਦਾ ਕਮਾ ਰਹੇ ਹੈ ਪਰ ਉਹ ਸੁੱਖ ਨਹੀਂ ਹੈ ਪਹਿਲੇ ਵਰਗਾ ਜੋ ਸੁੱਖ ਸ਼ਾਂਤੀ ਹੋਇਆ ਕਰਦੀ ਸੀ ਜੋ ਰਿਸ਼ਤਿਆਂ ਦੇ ਵਿੱਚ ਇੱਕ ਸਾਂਝ ਸੀਗੀ ਉਹ ਹੁਣ ਮੈਨੂੰ ਤਾਂ ਇਹੀ ਮਹਿਸੂਸ ਹੁੰਦਾ ਹੈ ਉਹ ਘਟਦੀ ਜਾ ਰਹੀ ਹੈ ਆਪਾਂ ਜ਼ਿਆਦਾ ਹੀ ਮਨੀ ਮਾਈਂਡਡ ਜ਼ਿਆਦਾ ਹੋ ਗਏ ਹੈ ਹਰੇਕ ਬੰਦਾ ਆਪਣੇ ਮਤਲਬ ਸੈਲਫ ਸੈਂਟਰਡ ਹੈ ਆਪਣੇ ਆਪਣੇ ਬਾਰੇ ਹੀ ਸੋਚਦਾ ਹੈ ਉਦੋਂ ਜੇ ਇੱਕ ਘਰ ਦੇ ਵਿੱਚ ਵਿਆਹ ਹੈ ਤਾਂ ਸਾਰਾ ਪਿੰਡ ਇੰਜੋਇਮੈਂਟ ਕਰਦਾ ਹੁੰਦਾ ਸੀਗਾ ਸਾਰਾ ਪਿੰਡ ਉਹਦੇ ਵਿੱਚ ਇਨਵੋਲਵ ਹੁੰਦਾ ਸੀਗਾ ਹੁਣ ਪੜੋਸੀਆਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਇਹਨਾਂ ਦੇ ਘਰ ਵਿਆਹ ਹੈ ਜੀ ਜੀ ਸਰ ਅਤੇ ਸਰ ਤੁਹਾਡੇ ਕੋਲ ਸਕ੍ਰਿਪਟ ਕੌਣ ਲੈ ਕੇ ਆਇਆ ਸੀਗਾ ਮਤਲਬ ਕੰਟੈਂਟ ਤੁਹਾਨੂੰ ਕਿਹਨੇ ਪਿਚ ਕੀਤਾ ਵੀ ਜਾਂ ਤੁਸੀਂ ਸਕ੍ਰਿਪਟ ਦੇਖ ਕੇ ਇਸ ਨੂੰ ਹਾਂ ਕਰ ਦਿੱਤੀ ਜਾਂ ਕਰੈਕਟਰ ਦੇਖ ਕੇ ਹਾਂ ਕੀਤੀ ਮਤਲਬ ਜਦੋਂ ਇਹ ਵਾਈਟ ਹਿੱਲ ਵਾਲਿਆਂ ਨੇ ਮੈਨੂੰ ਮਤਲਬ ਕਾਲ ਕੀਤੀ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਇੱਕ ਫਿਲਮ ਸ਼ੁਰੂ ਕਰ ਰਹੇ ਹਾਂ ਇਹ ਰੋਲ ਹੈ ਇੱਕ ਹੋਰ ਰੋਲ ਵੀ ਮੈਨੂੰ ਦੱਸਿਆ ਵੀ ਇਨ ਦੋਨੋਂ ਵਿੱਚੋਂ ਕਿਹੜਾ ਕਰਨਾ ਚਾਹੋਗੇ ਤਾਂ ਮੈਨੂੰ ਲੱਗਿਆ ਇਹ ਰੋਲ ਦੇ ਵਿੱਚ ਵਰਾਇਟੀ ਜ਼ਿਆਦਾ ਹੈ ਇਹਦੇ ਵਿੱਚ ਸ਼ੇਡਸ ਜ਼ਿਆਦਾ ਹੈ ਇਹ ਜਿਹੜਾ ਚਾਚੇ ਦਾ ਰੋਲ ਹੈ ਇਹਦੇ ਵਿੱਚ ਕਾਮੇਡੀ ਸੀਕੁਐਂਸਿਸ ਵੀ ਹੈ ਇਮੋਸ਼ਨਸ ਵੀ ਹੈ ਔਰ ਰਿਲੇਸ਼ਨਸ਼ਿਪ ਵੀ ਹੈ ਉਹ ਕਈ ਰੰਗ ਹੈ ਉਹਦੇ ਵਿੱਚ ਇਸ ਕਰਕੇ ਮੈਂ ਕਿਹਾ ਵੀ ਇਹ ਰੋਲ ਕਰਾਂਗਾ ਇਹ ਸਰ ਜਿੱਦਾਂ ਨਾ ਤੁਸੀਂ ਵਸਟ ਲਾਈਟ ਐਕਟਰ ਦੇ ਵਜੋਂ ਜਾਣੇ ਜਾਂਦੇ ਇਸ ਇੰਡਸਟਰੀ ਵਿੱਚ ਜਿੱਦਾਂ ਤੁਸੀਂ ਬਿੱਲੂ ਬੱਕਰਾ ਵਰਗੇ ਕਰੈਕਟਰ ਵੀ ਕੀਤੇ ਪਰ ਉਹ ਕਰੈਕਟਰ ਆਏ ਨੂੰ ਬਹੁਤ ਸਮਾਂ ਹੋ ਗਿਆ ਮਤਲਬ ਇੱਦਾਂ ਦਾ ਕਰੈਕਟਰ ਇਨ ਫਿਊਚਰ ਅਸੀਂ ਦੇਖ ਸਕਦੇ ਹਾਂ ਜੀ ਹੁਣ ਦੇਖੋ ਕੀ ਹੈ ਟ੍ਰੈਂਡ ਦੇ ਉੱਤੇ ਹੈ ਇਹ ਪ੍ਰੋਡਿਊਸਰ ਲੋਕ ਜਿੰਨੇ ਵੀ ਹੈ ਇਹ ਸੋਚਦੇ ਹੈ ਕਿ ਜਿਸ ਤਰ੍ਹਾਂ ਦੀ ਇਹ ਸਬਜੈਕਟ ਦੀ ਫਿਲਮ ਚੱਲ ਗਈ ਉਹੀ ਜਿਹੀ ਦੁਬਾਰਾ ਬਣਾਈਏ ਸਰ ਇਹਦੇ ਨਾਲ ਸੋਰੀ ਮੈਂ ਤੁਹਾਨੂੰ ਰੋਕ ਰਿਹਾ ਇਹਦੇ ਨਾਲ ਮਤਲਬ ਮੈਂ ਇਹ ਕਹਿ ਰਿਹਾ ਵੀ
ਆਪਣੀ ਫਿਲਮਸ ਤਾਂ ਚੱਲ ਰਹੀਆਂ ਕਿ ਸਿਨੇਮਾ ਵੀ ਚੱਲ ਰਿਹਾ ਇਹਦੇ ਨਾਲ ਜੀ ਡਿਵੈਲਪਮੈਂਟ ਤਾਂ ਹੋ ਹੀ ਰਹੀ ਹੈ ਸਿਨੇਮੇ ਦੇ ਵਿੱਚ ਡਿਵੈਲਪਮੈਂਟ ਤਾਂ ਬਹੁਤ ਹੋ ਰਹੀ ਹੈ ਹੁਣ ਜਿਹੜੀ ਸਾਡਾ ਸਿਨੇਮਾ ਹੈ ਪੰਜਾਬੀ ਸਿਨੇਮਾ ਹੈ ਮੈਂ ਤਾਂ ਇਹ ਅੱਗੇ 10 ਸਾਲਾਂ ਨੂੰ 15 ਸਾਲਾਂ ਵਾਸਤੇ ਮੈਂ ਇਹ ਅੱਗੇ ਦੇਖਦਾ ਹੈ ਕਿ ਹੋ ਸਕਦਾ ਤਮਿਲ ਦੇ ਵਿੱਚ ਬੰਗਾਲੀ ਦੇ ਵਿੱਚ ਵੀ ਸਾਡੀਆਂ ਫਿਲਮਾਂ ਡੱਬ ਹੋਣ ਹੋਰ ਭਾਸ਼ਾਵਾਂ ਵਿੱਚ ਸਾਡੀ ਪੰਜਾਬੀ ਫਿਲਮਾਂ ਡੱਬ ਹੋਣ ਆਪਾਂ ਤਾਂ ਇਹੀ ਆਸ ਨਾਲ ਕੰਮ ਕਰ ਰਹੇ ਹਾਂ ਸਰ ਮੈਂ ਆਖਰੀ ਸਵਾਲ ਤਾਂ ਇਹੀ ਪੁੱਛਣਾ ਚਾਹੁੰਦਾ ਕਿ 24 ਮਹੀਨੇ ਜੋ ਫਿਲਮ ਆ ਰਹੀ ਆ ਇਹ ਲੋਕੀ ਕਿਉਂ ਦੇਖਣ ਜਾਣ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕੀ ਖਾਸ ਹੈ ਇਸ ਫਿਲਮ ਦੇ ਵਿੱਚ ਪਹਿਲੀਆਂ ਨਾਲੋਂ ਦੇਖੋ ਕੀ ਹੈ ਕਿ ਫਿਲਮ ਪੈਸਾ ਵਸੂਲ ਹੈ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਵੀ ਬੰਦਾ ਫਿਲਮ ਦੇਖਣ ਜਾਏਗਾ ਉਹਦਾ ਪੈਸਾ ਵੇਸਟ ਨਹੀਂ ਹੋਏਗਾ ਇੱਕ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੇ ਰੀਤੀ ਰਿਵਾਜ ਜਿਹੜੇ ਸਾਡੇ ਪੰਜਾਬ ਦੇ ਕਲਚਰ ਸੀਗਾ ਜਿਹਨੂੰ ਆਪਾਂ ਥੋੜ੍ਹਾ ਬਹੁਤ ਭੁੱਲ ਚੁੱਕੇ ਹੈ ਉਹ ਰਿਵਾਈਵ ਹੋਏਗਾ ਆਪਾਂ ਬੱਚਿਆਂ ਨੂੰ ਦੱਸ ਸਕਾਂਗੇ ਹੁਣ ਜੇ ਆਪਾਂ ਕਹੀਏ ਬੱਚੇ ਨੂੰ ਅੱਜ ਦੇ ਮੈਂ ਆਪਣੇ ਬੱਚੇ ਨੂੰ ਹੀ ਪੁੱਛਿਆ ਵੀ ਮੁਕਲਾਵਾ ਫਿਲਮ ਮੈਂ ਕਰ ਰਿਹਾ ਮੁਕਲਾਵਾ ਦਾ ਕੀ ਮਤਲਬ ਹੁੰਦਾ ਹੈ ਔਰ ਮੇਰੀ ਬੇਟੀ IAS ਦੀ ਤਿਆਰੀ ਕਰ ਰਹੀ ਹੈ ਔਰ ਉਹਨੂੰ ਇਹ ਨਹੀਂ ਪਤਾ ਸੀਗਾ ਮੁਕਲਾਵਾ ਕੀ ਹੁੰਦਾ ਹੈ ਹੁਣ ਜੇ ਕਿਸੇ ਆਪਣੇ ਅੱਜ ਦੇ ਬੱਚੇ ਨੂੰ ਪੁੱਛੀਏ ਵੀ ਭੁੱਖ ਨਾ ਦੇਖਿਆ ਹੈ ਉਹ ਭੁੱਖ ਨਾ ਦੇ ਮਤਲਬ ਨਹੀਂ ਪਤਾ ਜੇ ਆਪਾਂ ਫਿਲਮਾਂ ਦੇ ਥਰੂ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੂੰ ਦਿਖਾਉਂਦੇ ਹਾਂ ਔਰ ਉਹ ਸ਼ਬਦਾਵਲੀ ਉਹ ਸ਼ਬਦ ਜਿਹੜੇ ਅਸੀਂ ਭੁੱਲ ਚੁੱਕੇ ਹੈ ਅਸੀਂ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਗਵਾ ਚੁੱਕੇ ਹੈ ਜੇ ਉਹਨਾਂ ਦਾ ਪਤਾ ਲੱਗਦਾ ਜਿਨ ਫਿਲਮਾਂ ਦੇ ਰਾਹੀਂ ਆਪਾਂ ਨੂੰ ਉਹ ਫਿਲਮਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਸਰ ਸਾਡੇ ਵੱਲੋਂ ਬੈਸਟ ਵਿਸ਼ੇਸ਼ ਆ ਅਤੇ ਸਾਨੂੰ ਉਮੀਦ ਆ ਕਿ ਪਹਿਲਾਂ ਵਰਗੇ ਨੂੰ ਤੁਹਾਡੇ ਇਸ ਕਰੈਕਟਰ ਨੂੰ ਵੀ ਬਹੁਤ ਪਿਆਰ ਮਿਲੂਗਾ ਜੀ ਤੁਹਾਡੀ ਫਿਲਮ ਸੁਪਰ ਡੁਪਰ ਹਿੱਟ ਜਾਊਗੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਥੈਂਕ ਯੂ